ਤੁਰਨੇ ਫਿਰਨੇ ਗੱਡੀਆਂ ਜਾਣੀਆਂ ਲੇਕਿਨ ਆਣੇ ਨਾ ਹਰ ਰੂਹ ਤੋਂ ਬਾਅਦ ਜ਼ਵਾਲ ਅਸ਼ਨਾਇਆ ਅੱਜ ਚਾਵਲਾਂ ਪੇ ਦੀਵਾਰ ਹੈ ਇੱਥੋਂ ਚੱਕ ਕਰੀ ਕਿ ਨੋ ਕਿਆ ਵਜ੍ਹਾ ਪਾਣੀ ਕਿਉਂ ਜ਼ਿਆਦਾ ਲਾਉਣੇ ਅਭੀ ਤਸਵੀਰ ਹੈ ਨਾ ਇਸਨੀ ਸਹੀ ਤਾਂ ਦਿਹਾੜੇ ਦੋ ਜੁਲੇ ਆ ਤਾਂ ਕਹਿ ਵਜ੍ਹਾ ਸਮਾਨ ਇਤਨਾ ਜ਼ਿਆਦਾ ਜੁਲਿਆ ਨੇ ਵੈਸੇ ਹੀ ਅਤਿਆਤਨ ਚੇ ਜੁਲਿਆ ਨੇ ਨੀਚੇ ਜਨਾਬ ਜਾਣੀ ਹੈ ਨਹਿਰ ਔਰ ਸਾਡੇ ਦਾ ਜਨਾਬ ਖੂਬਸੂਰਤ ਪਹਾੜ ਹਨ ਜਨਾਬ ਇਹ ਨਾਲੇ ਜਾਈ ਰਹੇ ਪਲੱਸ ਇਹ ਪੂਰਾ ਤਕੋ ਹਜੀਰਾ ਸ਼ਹਿਰ ਜਿਹੜਾ ਆ ਮਾਸ਼ਾਅੱਲਾ ਕਿਤਨਾ ਬੜਾ ਸ਼ਹਿਰ ਹੈ ਤੁਸੀਂ ਤੱਕ ਜਨਾਬ ਸਫ਼ਰ ਜਾ ਰਹੀ ਹੈ ਇਨਸ਼ਾਅੱਲਾ ਅਸਾਂ ਜਿੱਦਾਂ ਤੋਂ ਦਿਖਾਈ ਸੀ ਬੜੇ ਖੂਬਸੂਰਤ ਪੱਥਰ ਲਾਏ ਹੋਏ ਟੋਟਲੀ ਚੈੱਕ ਕਰੋ ਔਰ ਬਾਵਲੀ ਨਵਾਂ ਮੱਤੀ ਵੀ ਇੱਥੇ ਪਾਉਣੀ ਹੈ ਸਾਰਾ ਸਟੋਰ ਹੋਣਾ ਅੱਗੇ ਪਾਈਪ ਲੱਗਿਆ ਆ ਇਸ ਤੋਂ ਅਸਲਾਮ ਵਾਲੇਕੁਮ ਜੀ ਉਮੀਦ ਕਰਨਾ ਕਿ ਸਾਰੇ ਭੈਣ ਭਰਾ ਠੀਕ ਠਾਕ ਹੋ ਸੋ ਖੁਸ਼ਬਾਸ਼ ਹੋ ਸੋ ਤਾਲਾ ਤਾਲਾ ਨੇ ਹਿਫਜ਼ ਮਾਨ ਵਿੱਚੋ ਸੋ ਅੱਜ ਮਾਸ਼ਾਅੱਲਾ ਆਪਣੇ ਘਰ ਮੌਜੂਦ ਹਾਂ ਸਾਡੇ ਬੜੇ ਪਿਆਰੇ ਦੋਸਤ ਜਨਾਬ ਵਕੀਲ ਸਾਹਿਬ ਵੀ ਆਏ ਵੇ ਅਸਾਂ ਇੱਕ ਕਾਫੀ ਦਿਨਾਂ ਤੋਂ ਪਲੈਨ ਬਣਾਈ ਰਹੇ ਸਾਂ ਕਿ ਕਸ਼ਮੀਰ ਟੂਰ ਕਰਾਂ ਔਰ ਅਲਹਮਦੁਲਿਲਾ ਅੱਜ ਅਸਾਂ ਕਿ ਟਾਈਮ ਵੀ ਲੱਭੀ ਗਿਆ ਸੁਬਹ ਸੁਬਹ ਜਾ ਗਏ ਇਨਸ਼ਾਅੱਲਾ ਜਿਹੜਾ ਸਾਡਾ ਦਿਲ ਆ ਅਸਾਂ ਵੀ ਚਾਹੁੰਦੇ ਕਿ ਅਸਾਂ ਆਪਣਾ ਕਸ਼ਮੀਰ ਪਹਿਲਾਂ ਐਕਸਪਲੋਰ ਕਰਾਂ ਆਪਣਾ ਕਸ਼ਮੀਰ ਆਪਣੀ ਆਵਾਮ ਕੀ ਦੱਸਾਂ ਕਿ ਕਿਤਨਾ ਖੂਬਸੂਰਤ ਹੈ ਅੱਲਾ ਨੇ ਬਸ ਉਹ ਹੈਰ ਹੋਈ ਅਗਰ ਮੌਸਮ ਸਾਥ ਦਿੱਤਾ ਕਿਉਂਕਿ ਮੌਸਮ ਵੀ ਬਹੁਤ ਖਰਾਬ ਹੈ ਅਗਰ ਮੌਸਮ ਅਸਾਂ ਨੇ ਸਾਥ ਦਿੱਤਾ ਤਾਂ ਅਸਾਂ ਦੋ ਜਿਹੜਾ ਪਲੇਨ ਬਣਾਇਆ ਇਨਸ਼ਾਅੱਲਾ ਕਸ਼ਮੀਰ ਦੇ ਆਖਰੀ ਕੋਨੇ ਤੱਕ ਜਾ ਸਾਂ ਜਿਹੜਾ ਆਖਰੀ ਗਾਓ ਆਣੇ ਨੱਤਾ ਉਹ ਬਟ ਇਨਸ਼ਾਅੱਲਾ ਉੱਥੇ ਜੀਆਂ ਜਾ ਸਾਂ ਬਾਕੀ ਜਨਾਬ ਵਕੀਲ ਸਾਹਿਬ ਵੀ ਮਾਣ ਨਾਲ ਮੌਜੂਦ ਹਨ ਅਸਾਂ ਘਰ ਹਾਂ ਅਸਾਂ ਅਲਹਮਦੁਲਿਲਾ ਅੱਜ ਅੱਜ ਇੱਥੋਂ ਸੁਬਹਾ ਸੁਬਹਾ ਜਿਹੜਾ ਸਫ਼ਰ ਅਸਾਂ ਸ਼ੁਰੂ ਕਰਨਾ ਆ ਔਰ ਰਾਸਤੇ ਵਿੱਚ ਵੀ ਜਲਸਾ ਇਨਸ਼ਾਅੱਲਾ ਤੁਸਾਂ ਕੀ ਖੂਬਸੂਰਤ ਮਨਾਜ਼ਰ ਦੱਸਾਂ ਸੂਰਜ ਅਸਾਂ ਨੇ ਉੱਪਰ ਫਰੰਟ ਪਰ ਹੈ ਸਾਹਮਣੇ ਇਸ ਤੋਂ ਇਲਾਵਾ ਤੁਸਾਂ ਅਗਰ ਤੱਕਣੇ ਹੋ ਮਾਸ਼ਾਅੱਲਾ ਚੜ੍ਹ ਤੱਕਣੇ ਹੋ ਚੜ੍ਹ ਜਿਹੜੇ ਨਾ ਬਿਲਕੁਲ ਜਨਾਬ ਪਹਾੜਾਂ ਨਾਲ ਆਏ ਔਰ ਕਿਤਨੇ ਖੂਬਸੂਰਤ ਲੱਗੀ ਰਹੇ ਸੋਚਿਆ ਮੈਂ ਤੁਸਾਂ ਕੀ ਆਪਣਾ ਇਲਾਕਾ ਵੀ ਥੋੜ੍ਹਾ ਵਿਜ਼ਿਟ ਕਰਾਈ ਜਿਹੜੋ ਮਾਸ਼ਾਅੱਲਾ ਤੱਕਣੇ ਹੋ ਅੱਜ ਮੱਕਾਂ ਦੀ ਸੂਰਤ ਹਾਲ ਤੱਕੋ ਕਾਫੀ ਸਾਰੀਆਂ ਮੌਲੀਆਂ ਤਾਂ ਬਾਕੀ ਕਹਿਣੇ ਵਕੀਲ ਸਾਹਿਬ ਤਿਆਰ ਹੋਣ ਤਿਆਰ ਹਾਂ ਚੱਲੀਏ ਫਿਰ ਲੇਟ ਨਾ ਹੋਣੇ ਹੁਣ ਨਿਕਲੀਏ ਬੋਲੇ ਮੇਰੇ ਜੀ ਚਲੋ ਜੀ ਅੱਲਾ ਨੇ ਬਸ ਹੈਰ ਹੋਈ ਤਾਂ ਹੁਣ ਸਫ਼ਰ ਸ਼ੁਰੂ ਕਰਨੇ ਆ ਚੱਲੇ ਹਾਂ ਅਸਾਂ ਨਾਲ ਦੋ ਹੋਰ ਵੀ ਆਏ ਉਹ ਵੀ ਤੁਸਾਂ ਅੱਗੇ ਚੱਲੀ ਦੱਸਾਂਗੇ ਕਿਹੜੇ ਕਿਹੜੇ ਬੰਦੇ ਅਸਾਂ ਨਾਲ ਹੋਰ ਵੀ ਮੌਜੂਦ ਹਨ ਤਿਆਰ ਹੋ ਗਈਆਂ ਬੈਗ ਸ਼ੈਗ ਲਾਈ ਕਿੰਦੇ ਨੇ ਬਾਕੀ ਕਿ ਹੁਣ ਮੋਟਰਸਾਈਕਲ ਜਾ ਸੀ ਤੇ ਇੱਕ ਜਾ ਸੀ ਡਿਲੈਕਸ ਬਾਕੀ ਆ ਤਾਂ ਕੋਈ ਸਫਿਆਨ ਸਾਹਿਬ ਵੀ ਨਾਲ ਅਸਲ ਸਾਹਿਬ ਵੀ ਨਾਲ ਸਫਿਆਨ ਸਾਹਿਬ ਤਿਆਰ ਹੋ ਤਿਆਰ ਪੱਕੀ ਗੱਲ ਹੈ ਤਾਂ ਦਿਹਾੜੇ ਦੋ ਜੁਲੇ ਆ ਤਾਂ ਕਹਿ ਵਜਾ ਸਮਾਨ ਇਤਨਾ ਜ਼ਿਆਦਾ ਜੁਲਿਆ ਨੇ ਵੈਸੇ ਅਤਿਆਤਨ ਚੇ ਜੁਲਿਆ ਨੇ ਠੀਕ ਹੋ ਗਿਆ ਤਾਂ ਕੋਈ ਦਿਹਾੜੇ ਦੋ ਜਾ ਸਨ ਤਾਂ ਕੋਈ ਇਹ ਬੈਗ ਵੀ ਭਰੇ ਆ ਇਹ ਵੀ ਭਰੇ ਆ ਹੋਰ ਵੀ ਆਇਆ ਇਸ ਤੋਂ ਇਲਾਵਾ ਕੋਈ ਬਸ ਬਸ ਮੌਸਮ ਖਰਾਬ ਹੈ ਨਾ ਪਤਾ ਨਹੀਂ ਹੁਣ ਇਹੀ ਹੈ ਸਗੜਾ ਬੰਦਾ ਸਹੀ ਹੋ ਗਿਆ ਬਾਕੀ ਇਧਰ ਵਕੀਲ ਸਾਹਿਬ ਵੀ ਤਿਆਰੀਆਂ ਕਰੀ ਰਹੇ ਤਾਂ ਹੁਣ ਸਮਾਨ ਤਾਂ ਜ਼ਰੂਰੀ ਹੈ ਦਿਹਾੜੀ ਦੋ ਦੋ ਸੂਟ ਬਦਲਾਉਣੇ ਪੈ ਜਾਣ ਇਹ ਗੱਲ ਹੈ ਇਹ ਜਾਸਣ ਵੀਡੀਓ ਸੈਲਫੀਆਂ ਸ਼ੈਲਫੀਆਂ ਹੀ ਕਹਣਿਓ ਜੀ ਇਹ ਹੋਣੀਆਂ ਚੇਨੀਆਂ ਬਾਕੀ ਕਹਣਿਓ ਜੀ ਚੱਲੀਏ ਹੁਣ ਚੱਲੀਏ ਜੀ ਚਲੋ ਜੀ ਅੱਲਾ ਨੇ ਪਾਸੋਂ ਹੈਰ ਵੈ ਤਾਂ ਹੁਣ ਸਾਰੇ ਬੰਦੇ ਤਿਆਰ ਹੋ ਗਏ ਤਾਂ ਅੱਲਾ ਯਾਦ ਕਰੀ ਹੁਣ ਜਨਾਬ ਲਿਖਨੇ ਇੱਥੋਂ ਆਪਣੇ ਸਫ਼ਰ ਨਾਲ ਆਗਾਜ਼ ਸੁਬਹ ਸੁਬਹ ਆਪਣੇ ਘਰੋਂ ਕਰਨੇ ਆ ਹੁਣ ਅਲਹਮਦੁਲਿਲਾ ਜੀ ਸਫ਼ਰ ਨਾਲ ਆਗਾਜ਼ ਸ਼ੁਰੂ ਹੈ ਸੁਬਹਾ ਸੁਬਹਾ ਮੈਂ ਸੋਚਿਆ ਸੀ ਕਿ ਸਾਰਿਆਂ ਤੋਂ ਪਹਿਲਾਂ ਰਾਜਧਾਨੀ ਗਾਲਾ ਬਾਜ਼ਾਰ ਨਾਲ ਵਿਜ਼ਿਟ ਕਰਾਂ ਇੱਥੋਂ ਅਸਾਂ ਲਿਖੜੀ ਰਹੇ ਸਾਂ ਤਾਂ ਮੈਂ ਸੋਚਿਆ ਇੱਥੇ ਇਕਲੀ ਜ਼ਰੂਰ ਹੋਣਾ ਚਾਹੀਦਾ ਇਹ ਸਾਂ ਰਾਜਧਾਨੀ ਗਾਲਾ ਬਾਜ਼ਾਰ ਹੈ ਇੱਥੋਂ ਤੱਕੜੇ ਹੋਣਾ ਬੜਾ ਖੂਬਸੂਰਤ ਔਰ ਬੜਾ ਪਿਆਰਾ ਬਾਜ਼ਾਰ ਹੈ ਔਰ ਬੜਾ ਹੀ ਜਿਹੜਾ ਨਾ ਮਸ਼ਹੂਰ ਬਾਜ਼ਾਰ ਹੈ ਜਨਾਬ ਇਹ ਕੋਟਲੀ ਕੀ ਕ੍ਰਾਸ ਕਰੀ ਰਿਹਾ ਹੈ ਕੋਟਲੀ ਸ਼ਹਿਰ ਹੈ ਜਦੋਂ ਤੱਕੋ ਕੋਟਲੀ ਸ਼ਹਿਰ ਨਾਲ ਵੀ ਥੋੜ੍ਹੇ ਜਿਹੇ ਅੱਗੇ ਆਈ ਗਈ ਹੈ ਮਸੀਤ ਅਸਾਂ ਨੇ ਸਫ਼ਰ ਕੀਤਾ ਸਾਂ ਬਾਈ ਸੀ ਸਾਡਾ ਸਫ਼ਰ ਬਹੁਤ ਹੀ ਜ਼ਿਆਦਾ ਲੰਬਾ ਸਫ਼ਰ ਹੈ ਇਨਸ਼ਾਅੱਲਾ ਖੂਬਸੂਰਤ ਖੂਬਸੂਰਤ ਮਕਾਮਾਤ ਖੂਬਸੂਰਤ ਖੂਬਸੂਰਤ ਏਰੀਏ ਤੁਸੀਂ ਅਸੀਂ ਜ਼ਰੂਰ ਵਿਜ਼ਿਟ ਕਰਾ ਸਾਂ ਇਹ ਵੀ ਇੱਥੇ ਨਾ ਬਾਦਸ਼ਾਹ ਫੁੱਲ ਹੋਇਆ ਅਸੀਂ ਲੋਕ ਕਰਨੇ ਸਨ ਤੁਰਨੇ ਫਿਰਨੇ ਗੱਡੀਆਂ ਜਾਣੀਆਂ ਲੇਕਿਨ ਆਣੇ ਨਾ ਹਰ ਰੂਹ ਤੋਂ ਬਾਅਦ ਜ਼ਵਾਲ ਅਸ਼ਨਾਇਆ ਅੱਜ ਇਸਨੇ ਪਰ ਜ਼ਵਾਲ ਆਈ ਗਿਆ ਇਸਨੇ ਪਰ ਰੂਹ ਚਾਹੀ ਗਿਆ ਬਾਕੀ ਇੱਥੇ ਸਟੇਅ ਕਰਨੇ ਆ ਥੋੜ੍ਹੀ ਦੇਰ ਇਨਸ਼ਾਅੱਲਾ ਇਹ ਵੀ ਤੁਸੀਂ ਚੈੱਕ ਕਰਾਉਣੇ ਆ
ਅਕੀਲ ਭਾਈ ਵੀ ਜਨਾਬ ਥੱਕੀ ਗਏ ਨਾ। ਅਕੀਲ ਭਾਈ ਸੱਟ ਵਾਲੇ ਸੱਟ ਪੈ ਰਹੇ ਹੋ ਕਿ ਮੈਂ ਤੁਹਾਨੂੰ ਰੈਸਟ ਵੀ ਕਰ। ਸਹੀ ਹੋ ਗਿਆ ਜੀ। ਬਾਕੀ ਮਾਸ਼ਾਅੱਲਾ ਅਸਾਂ ਇੱਧਰ ਹੀ ਤੁਸੀਂ ਕੀ ਪੁਰਾਣਾ ਪੁੱਲ ਵੀ ਦੱਸਣੇ ਹਾਂ। ਇਸ ਕੀ ਆਪਣੀ ਜ਼ਬਾਨ ਵਿੱਚ ਆਉਣੇ ਹਨ ਫਟਿਆਲਾ ਪੁੱਲ, ਫਟਿਆਲਾ ਪੁੱਲ ਇਸ ਕੀ ਆਉਣੇ ਵੀ ਤਾਂ ਆਉਣਗੇ ਜਨਾਬ ਵੀ ਥਾ ਤੁਸੀਂ ਤੱਕਣੇ ਨੂੰ ਫੱਟੇ ਲੱਗੇ ਵੇ। ਇਹ ਤੁਸੀਂ ਚੈੱਕ ਕਰੋ ਟੋਟਲ ਇਸ ਕੀ ਫੱਟੇ ਲੱਗੇ ਵੇ ਸਰ। ਕੋਈ ਦੌਰ ਹੋਇਆ ਸੀ ਅਤੇ ਇੱਥੇ ਵੀ ਬੜਾ ਰਸ਼ ਹੋਣਾ ਹੋਇਆ ਸੀ, ਲੇਕਿਨ ਅੱਜ ਇਸ ਨੀ ਹਾਲਤ ਤੱਕੋ ਕਿ ਅੱਜ ਹਾਲਤ ਹੈ। ਪਰ ਇੱਥਾਂ ਦੇ ਰਹਿਣ ਵਾਲੇ ਮੋਬਿਨ ਸਾਹਿਬ, ਮੋਬਿਨ ਸਾਹਿਬ ਠੀਕ ਹੋ? ਸੇ ਠੀਕ ਹੈ। ਸਾਰਿਆਂ ਤੋਂ ਪਹਿਲੇ ਮੈਨੂੰ ਦੱਸੋ ਇਸ ਜਗ੍ਹਾ ਦਾ ਕਿਆ ਨਾਂ ਆ? ਤਲੇਰ ਪੁੱਲ। ਤਲੇਰ ਪੁੱਲ ਹੈ। ਅੱਛਾ ਇਹ ਦੱਸੋ ਇਹ ਪੁੱਲ ਕਿੰਨੇ ਸਾਲ ਤੋਂ ਜਿਹੜਾ ਨਾ ਗੈਰ ਆਬਾਦ ਹੈ? ਇਹ ਰੌਣਕ ਲੱਗੀ ਸੀ, ਕਿਤਨੀਆਂ ਗੱਡੀਆਂ ਮੋਟਰਸਾਈਕਲ ਇੱਥੋਂ ਲਿਕਣੇ ਆਉਣੇ ਸਨ? ਬੇਬਾ ਮਖਲੂਕ ਖੁਦਾ ਨੀ ਹੈ ਜਿਹੜੀਆਂ ਟਿੰਡਾ ਸਰਸਾਵਾ ਕਲਾ ਉਸਦੀ ਬਾਅਦ ਟਕੜਨੀ ਬਗਾਸ ਕਿਤਾ ਪਾਉਣੀ ਹੁਣ ਵਿੱਚ ਹੋਈ ਆ। ਸਹੀ। ਹੁਣ ਤਾਂ ਰਸ਼ ਰਸ਼ ਹੋਈ ਆ, ਠੀਕ ਆਬਾਦੀ ਜ਼ਿਆਦਾ ਹੋਈ ਜੀ, ਤਾਂ ਗੱਡੀਆਂ ਹੀ ਜ਼ਿਆਦਾ ਹੋਈ। ਮਾਸ਼ਾਅੱਲਾ ਜੀ ਇਸ ਨੇ ਭਾਈ ਮੋਬਿਨ ਸਾਹਿਬ ਯਕੀਨ ਮੰਨੋ ਇਹਨਾਂ ਨਾਲ ਅਖਲਾਕ ਮੈਨੂੰ ਬਹੁਤ ਹੀ ਅੱਛਾ ਲਗਾਇਆ, ਬੜੇ ਨਫੀਸ ਬੰਦੇ ਨੇ। ਇੱਥੇ ਖੱਦੇ ਵੇ ਸਾਂ ਇਹਨਾਂ ਆ ਜੀ, ਇਸ ਨੇ ਤੁਸਾਂ ਕੀ ਡਾਕੂਮੈਂਟਰੀ ਥੋੜ੍ਹੀ ਬਹੁਤੀ ਮੈਂ ਬਣਾ ਆ। ਬਾਕੀ ਜਿਸ ਤਰ੍ਹਾਂ ਮੈਂ ਕਿਹਾ ਬਾਈ ਆ ਹਰ ਅਰੂਜ ਤੋਂ ਬਾਅਦ ਜ਼ਵਾਲ ਅਛਣਾ ਆ, ਉਸਾ ਦੌਰ ਵਿੱਚ ਇਸ ਨੇ ਪਰ ਵੀ ਬੜਾ ਅਰੂਜ ਹੋਇਆ ਸੀ। ਕਹਿਣੇ ਇੱਥੇ ਗੱਡੀਆਂ ਮੋਟਰਸਾਈਕਲ ਤਾਂ ਜਨਾਬ ਟੀ ਟੀ ਹੋਣੀ ਸੀ, ਲੇਕਿਨ ਹੁਣ ਉਹ ਪੁੱਲ ਜਿਹੜਾ ਆ ਉਹ ਬਾਤ ਹੋ ਗਿਆ ਆ। ਤਾਂ ਬਾਕੀ ਜਨਾਬ ਇੱਥੇ ਸਾਂ ਇਧਰੋਂ ਤੁਸੀਂ ਤੱਕੋ ਮਾਸ਼ਾਅੱਲਾ ਦਰਿਆ ਵੀ ਜੇ ਰਿਹਾ, ਤੁਸੀਂ ਚੈੱਕ ਕਰਨੇ ਹੋ ਕਿਤਨਾ ਖੂਬਸੂਰਤ ਦਰਿਆ ਹੈ। ਇਨਸ਼ਾਅੱਲਾ ਅੱਜ ਨੇ ਜਿਹੜਾ ਸਾਡਾ ਸਫ਼ਰ ਆ ਇਹ ਉਸੀ ਗੰਗਾ ਚੋਟੀ ਤੋੜੀ, ਗੰਗਾ ਚੋਟੀ ਤੋੜੀ ਤੁਸਾਂ ਕੀ ਹਰ ਇੱਕ ਖੂਬਸੂਰਤ ਚੀਜ਼ ਦੱਸਾਂ, ਅਤੇ ਇਨਸ਼ਾਅੱਲਾ ਹੁਣ ਅੱਗੇ ਮਜ਼ੀਦ ਚੱਲਣੇ ਆ ਮਜ਼ੀਦ ਖੂਬਸੂਰਤ ਖੂਬਸੂਰਤ ਮਕਾਮ। ਬਾਜ਼ਾਰ ਹੈ ਤੱਤਾ ਪਾਣੀ ਦਾ ਬਾਜ਼ਾਰ ਹੈ, ਛੋਟਾ ਜਿਹਾ ਬਾਜ਼ਾਰ ਹੈ ਲੇਕਿਨ ਇਹ ਬੜਾ ਖੂਬਸੂਰਤ ਔਰ ਬੜਾ ਪਿਆਰਾ ਬਾਜ਼ਾਰ ਹੈ। ਔਰ ਸੁਬਾਹ ਦਾ ਟਾਈਮ ਹੈ, ਸੁਬਾਹ ਦੇ ਟਾਈਮ ਤੁਸੀਂ ਚੈੱਕ ਕਰੋ ਹਾਂਜੀ ਇਹ ਬਾਜ਼ਾਰ ਕੀ ਜੀ ਕਿਸ ਤਰ੍ਹਾਂ ਆ ਜੀ। ਕੈਰੀ ਡੱਬੇ ਹੀ ਡੱਬੇ ਖਲਦੇ ਵੇ ਇੱਥੋਂ ਤੱਕਣੇ ਹੋਣਾ ਕੱਤਾ ਪਾਣੀ ਬਾਜ਼ਾਰ ਨਹੀਂ ਰੌਣਕ, ਕੈਰੀ ਡੱਬੇ ਚਿੱਟੇ ਕੈਰੀ ਡੱਬੇ ਖੂਬਸੂਰਤੀ ਚੈੱਕ ਕਰੋ। ਇਸ ਟਾਈਮ ਅਸਾਂ ਤੱਤਾ ਪਾਣੀ ਮੌਜੂਦ ਹੈ, ਤੁਸੀਂ ਤੱਕਣੇ ਹੋ ਇਸ ਤੱਤਾ ਪਾਣੀ ਦੀ ਖੂਬਸੂਰਤੀ। ਇੱਧਰ ਜਨਾਬ ਬੁਕਲੈਨ ਲੱਗੀ ਹੋਈ ਹੈ, ਬੱਟੇ ਵਗੈਰਾ ਕੱਢਣ ਲੱਗੇ ਹੋਏ, ਜਿਸ ਨੇ ਆਉਣਾ ਇੰਨਾ ਕ੍ਰਸ਼ ਮਸ਼ੀਨਾਂ ਹੀ ਫਿਰ ਖੜਨਾ ਜਨਾਬ। ਬਾਕੀ ਇਹਦੇ ਤੱਕੋ ਮਾਸ਼ਾਅੱਲਾ ਬੜਾ ਖੂਬਸੂਰਤ ਪਿਆਰਾ ਡੈਮ ਆਈ ਰਿਹਾ ਆ ਦਰਿਆ। ਇਹ ਪਾਣੀ ਤੱਕੋ ਪਾਣੀ ਗੰਦਾ ਤਾਂ ਆ, ਉਸ ਨੀ ਇਹ ਵਜ੍ਹਾ ਕਿ ਇੱਥੇ ਜਿਹੜਾ ਨਾ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਹਨ, ਉਸ ਦੀ ਵਜ੍ਹਾ ਤੋਂ ਪਾਣੀ ਗੰਦਾ ਆ ਰਿਹਾ ਆ। ਜਿਹੜਾ ਤੱਤਾ ਪਾਣੀ ਲਿਖਣਾ ਆ ਤੱਤਾ ਪਾਣੀ ਆ, ਤੁਸੀਂ ਬੱਚੇ ਤੱਕੜੇ ਛੋਟੇ ਛੋਟੇ ਹਲਤੇ ਵੀ ਇੱਥੋਂ ਤੱਤਾ ਪਾਣੀ ਲਿਖਣਾ ਆ, ਇਸ ਦਾ ਨਾਂ ਜਿਹੜਾ ਆ ਤਾਂ ਤੱਤਾ ਪਾਣੀ ਰੱਖਿਆ ਨੇ। ਬਾਕੀ ਇੱਧਰ ਵੀ ਅੱਗੇ ਤੱਕੋ ਕਿਤਨਾ ਖੂਬਸੂਰਤ ਇਲਾਕਾ ਆ। ਅਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੇ ਵੀ ਖੂਬਸੂਰਤ ਖੂਬਸੂਰਤ ਇਲਾਕੇ ਇਨਸ਼ਾਅੱਲਾ ਤੁਸਾਂ ਕੀ ਉਹ ਟੋਟਲੀ ਵਿਜ਼ਿਟ ਕਰਾਂ। ਬਾ ਤੱਤਾ ਪਾਣੀ ਤੋਂ ਥੋੜ੍ਹੇ ਜਿਹੇ ਕਹਿ ਛੋ ਇੱਕ ਬੜਾ ਖੂਬਸੂਰਤ ਮਕਾਮਾਤ ਹੈ, ਤੁਸੀਂ ਪੁੱਲ ਤੱਕਣੇ ਹੋ ਕਿਤਨਾ ਖੂਬਸੂਰਤ ਪੁੱਲ ਹੈ, ਯਕੀਨ ਮੰਨੋ ਕਿ ਇੱਥੇ ਛੋ ਕਿਤਨਾ ਖੂਬਸੂਰਤ ਪੁੱਲ ਲੱਗਣਾ ਹੈ। ਇਸਦੀ ਖੂਬਸੂਰਤੀ ਦਾ ਰਾਜ ਵੀ ਇਹ ਆ, ਨੀਚੇ ਜਨਾਬ ਜਾਣੀ ਹੈ ਨਹਿਰ ਔਰ ਸਾਡੇ ਦਾ ਜਨਾਬ ਖੂਬਸੂਰਤ ਪਹਾੜ ਹਨ, ਇਸ ਦੀ ਵਜ੍ਹਾ ਤੋਂ ਬਹੁਤ ਹੀ ਜ਼ਿਆਦਾ ਇੱਦਾਂ ਖੂਬਸੂਰਤੀ ਆ। ਕੀ ਭਾਈ ਜੀ ਤੁਹਾਨੂੰ ਤੁਹਾਡਾ ਇਹ ਇਲਾਕਾ ਵੀ ਦੱਸੋ ਮਾਸ਼ਾਅੱਲਾ, ਕਹੋ ਕਿ ਕਿਤਨਾ ਖੂਬਸੂਰਤ ਔਰ ਪਿਆਰਾ ਇਲਾਕਾ ਹੈ, ਤੁਸੀਂ ਚੈੱਕ ਕਰਦੇ ਹੋ। ਸੁਭਾਨ ਅੱਲਾ ਜੀ, ਕਸ਼ਮੀਰ ਦੀ ਜਿਹੜੀ ਕੀਤੀ ਰੌਣਕ ਹੈ, ਦਰਖਤ ਅਤੇ ਨਹਿਰਾਂ ਅਤੇ ਖੂਬਸੂਰਤ ਪੱਥਰ ਅਤੇ ਰੌਣਕ ਹੈ। ਅਲਹਮਦੁਲਿਲਾ ਅਸੀਂ ਕਸ਼ਮੀਰ ਟੂਰ ਜਿਹੜਾ ਕਰਨ ਲਈ ਕਰਨ ਵੀ ਤਾਂ ਲੱਗੇ ਹਾਂ ਕਿ ਤੁਸੀਂ ਕੀ ਕਸ਼ਮੀਰ ਨੇ ਖੂਬਸੂਰਤ ਮਕਾਮਾਤ ਦੱਸਾਂ। ਬਾਕੀ ਜਨਾਬ ਇੱਧਰ ਵੀ ਤੁਸੀਂ ਚੈੱਕ ਕਰੋ ਕਿਤਨੀ ਖੂਬਸੂਰਤ ਰੌਣਕ ਹੈ, ਤੁਸੀਂ ਤੱਕਣੇ ਹੋਣਾ ਮਾਸ਼ਾਅੱਲਾ ਜੀ।
ਸੁਭਾਨ ਅੱਲਾ ਆਉਣਾ ਚਾਹੀਦਾ। ਖਾਸ ਕਰੀ ਤੋਂ ਕੋਈ ਇਸ ਐਵੇਂ ਬਈ ਹੈ ਸਾਹਮਣੇ ਪੱਥਰ ਤੋਂ ਕੋਈ ਕਿਤਨੇ ਖੂਬਸੂਰਤ ਲੱਗ ਰਿਹਾ। ਇਸ ਤੋਂ ਬਾਅਦ ਇੱਧਰੋਂ ਨਹਿਰ ਇਸ਼ਨੀ ਨਹਿਰ ਇੱਥੋਂ ਇਲਾਵਾ ਅਗਰ ਤੱਕਿਆ ਜਾਏ ਇੱਧਰ ਵੀ ਪਹਾੜ ਇੱਧਰ ਵੀ ਪਹਾੜ ਔਰ ਜਨਾਬ ਖੂਬਸੂਰਤ ਸਬਜ਼ਾ ਹੀ ਸਬਜ਼ਾ ਮਾਸ਼ਾਅੱਲਾ ਬਹੁਤ ਹੀ ਜ਼ਿਆਦਾ ਖੂਬਸੂਰਤ ਇਲਾਕਾ ਆ। ਸਰ ਰਸਤੇ ਵਿੱਚ ਅਸਾਂ ਖਾਲੀ ਗਏ ਤੁਸੀਂ ਤੱਕਣੇ ਟੋਟਲੀ ਇਹ ਚਾਵਲ ਨਹੀਂ ਪੈਦਾਵਾਰ ਹੈ। ਤੁਸੀਂ ਚੈੱਕ ਕਰੋ ਉਹ ਉੱਪਰਾ ਜੀਆਂ ਇੱਥੇ ਜੀਆਂ ਜਨਾਬ ਇਹ ਚਾਵਲਾਂ ਨਹੀਂ ਪੈਦਾਵਾਰ ਹੈ। ਇਹ ਤੁਸੀਂ ਚੈੱਕ ਕਰੀ ਕਿਨੋ ਚਾਵਲਾਂ ਨੇ ਜਿਹੜੀ ਖਸੂਸੀਅਤ ਹੋਣੀ ਆ ਇਹ ਹੋਣੀ ਆ ਕਿ ਇਸਨੇ ਪਾਣੀ ਖੁੱਲ੍ਹਾ ਲਾਉਣਾ ਪੈਣਾ ਆ। ਤੁਸੀਂ ਤੱਕੜੇ ਹੋਣਾ ਇੰਨਾ ਪਾਣੀ ਵੀ ਬਾਲਟੀਆਂ ਵਿੱਚ ਜਨਾਬ ਧਰ ਕੀਤੇ ਆ। ਟੋਟਲੀ ਤੱਕੋ ਚਾਵਲ ਹੀ ਚਾਵਲ ਆ ਤਕਰੀਬਨ। ਉੱਥੋਂ ਉੱਪਰੋਂ ਹੀ ਨਹੀਂ ਇੱਧਰੋਂ ਫਿਰਨਾ 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 ਜਨਾਬ ਟੋਟਲੀ ਜਿਹੜਾ ਨਾ ਇਹ ਚਾਵਲ ਲੱਗੇ ਆ ਮਾਸ਼ਾਅੱਲਾ ਜੀ। ਤੱਕੋ ਇੱਥੇ ਵੀ ਚਾਵਲਾਂ ਨੇ ਪੈਦਾਵਾਰ ਬੜੀ ਜ਼ਬਰਦਸਤ ਹੋਣੀ ਹੈ। ਚਾਚਾ ਠੀਕ ਹੋ ਸੇ? ਠੀਕ ਹੈ, ਹੋਰ ਸੁਣਾਓ। ਅੱਛਾ ਚਾਚਾ ਇਸ ਗ੍ਰਾਉਂਡ ਕਿਆ ਨਾਂ ਆ? ਮੰਡੋਲ ਨਾਂ ਆ। ਮੰਡੋਲ ਨਾਂ ਆ ਤੇ ਚਾਵਲ ਲੱਗੇ ਆ ਸਾਰਾ ਇੱਥੇ ਚਾਵਲਾਂ ਨੇ ਪੈਦਾਵਾਰ ਠੀਕ ਹੋਣੀ ਹੈ। ਤਾਂ ਦੱਸ ਦਿਨ ਜਿਹੜਾ ਇਹ ਚਾਵਲ ਲੱਗਾ ਆ ਇਹ ਕਿਤਨੇ ਮਹੀਨੇ ਜੀ ਇਹ ਸਹੀ ਹੋਈ ਜਾ ਸੀ? ਦੋ ਚਾਰ ਮਹੀਨੇ। ਇੱਥੇ ਪ੍ਰੋਪਰ ਲੋਕ ਚਾਵਲ ਲਾਉਣੇ ਨੇ ਜਾਂ ਹੋਰ ਫਸਲਾਂ ਵੀ ਹੋਣੀਆਂ? ਸ਼ਕੂਰ ਸਾਹਿਬ ਮਾਸ਼ਾਅੱਲਾ ਜੀ। ਅੰਕਲ ਅਸਾਂ ਕਿੱਥੇ ਮਿਲੀ ਕਿ ਅੰਕਲ ਜੀ ਆਣ ਕੇ ਚਾਵਲ ਇੱਥੇ ਲੱਗੇ ਆਇਆ ਤੁਸੀਂ ਤੱਕੜੇ ਹੋਣਾ? ਚਾਵਲ ਲਈ ਜਿਹੜਾ ਨਾ ਪਾਣੀ ਜ਼ਿਆਦਾ ਲਾਉਣਾ ਪੈਣਾ। ਇਸ ਨੇ ਕਿਹਾ ਵਜ੍ਹਾ ਪਾਣੀ ਕਿਵੇਂ ਜ਼ਿਆਦਾ ਲਾਉਣੇ ਨੇ? ਅਭੀ ਤਸਵੀਰ ਹੈ ਨਾ ਇਸਨੇ ਸਹੀ ਪਾਣੀਆਂ ਨੇ ਇਸਕੀ ਜ਼ਰੂਰਤ ਜ਼ਿਆਦਾ ਹੈ ਮਾਸ਼ਾਅੱਲਾ ਜੀ। ਨਹੀਂ ਨਹੀਂ ਪਿੱਛੋਂ ਕਨਾਲ ਆਉਣੀ ਆ ਦਰਿਆ ਇਹ ਟੋਟਲੀ ਤੱਕੋ ਕੀਆਂ ਕਿ ਆਣੇ ਨੇ ਅਸਾਂ ਟੋਟਲੀ ਨਾਲੀਆਂ ਬਣਾਈਆਂ ਇੱਥੇ ਪਾਣੀ ਨਹੀਂ ਖੜਾ ਕਰਨੇ ਆ ਮਾਸ਼ਾਅੱਲਾ ਤੱਕਣੇ ਹੋ। ਬਾਕੀ ਅਸੀਂ ਚਾਚਾ ਮਿਲੀ ਗਏ ਚਾਚਾ ਬਹੁਤ ਸ਼ੁਕਰੀਆ ਤੁਸਾਂ ਦਾ ਵੀ। ਇਸ ਟਾਈਮ ਅਸਾਂ ਜਿਹੜਾ ਨਾ ਹਜੀਰਾ ਪੁੱਛੀ ਹੈ ਮਾਸ਼ਾਅੱਲਾ ਤੱਕੋ ਇੱਥੋਂ ਜਿੱਥਾਂ ਅਸਾਂ ਖਲਤੇ ਵੇ ਆਏ ਬੜਾ ਬਿਹਤਰੀਨ ਵਿਊ ਹੈ ਇਸਨੇ ਚੂ ਹਜੀਰਾ ਟੋਟਲੀ ਦਿਸਣਾ ਲੱਗੇ ਆ। ਬਾਕੀ ਤੁਸਾਂ ਕੀ ਮੈਂ ਦੱਸਣਾ ਮਾਸ਼ਾਅੱਲਾ ਇਹ ਤੁਸੀਂ ਚੈੱਕ ਕਰੋ ਹਜੀਰਾ ਇਸੋਂ ਤੱਕਣੇ ਹੋ ਥੱਲਿਆਂ ਜਨਾਬ ਇਹ ਨਾਲੇ ਜਾਈ ਰਹੇ ਪਲੱਸ ਇਹ ਪੂਰਾ ਤੱਕੋ ਹਜੀਰਾ ਸ਼ਹਿਰ ਜਿਹੜਾ ਆ ਮਾਸ਼ਾਅੱਲਾ ਕਿਤਨਾ ਬੜਾ ਸ਼ਹਿਰ ਹੈ ਤੁਸੀਂ ਤੱਕੜੇ ਹੁਣ ਇੱਦਾਂ ਖੂਬਸੂਰਤੀ ਨਹੀਂ ਇੰਤਹਾ ਆ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਯਕੀਨ ਮੰਨੋ ਕਿ ਸ਼ਹਿਰ ਤੱਕੀ ਤਾਂ ਦਿਲ ਬਾਗ ਬਾਗ ਹੋਈ ਜਾਣਾ ਮਾਸ਼ਾਅੱਲਾ ਤੁਸੀਂ ਤੱਕਣੇ ਹੋ ਬੜੀ ਰੌਣਕ ਹੈ ਸ਼ਹਿਰ ਵਿੱਚ। ਪਲੱਸ ਅਗਰ ਤੱਕਿਆ ਜਾਏ ਤਾਂ ਇੱਥਾਂ ਦੀ ਰੋਡ ਵੀ ਬੜੀ ਬਿਹਤਰੀਨ ਬਣਤੀ ਵੀ ਆ ਟੋਟਲੀ ਤੁਸੀਂ ਚੈੱਕ ਕਰੋ ਕਿਤਨੀ ਖੂਬਸੂਰਤ ਰੋਡ ਹੈ। ਬਾਕੀ ਮਾਸ਼ਾਅੱਲਾ ਇਹ ਨੀਚੇ ਚੈੱਕ ਕਰੋ ਛੋਟਾ ਜਿਹਾ ਇੱਕ ਪੁੱਲ ਬਣਤੇ ਆ ਕਿਤਨਾ ਖੂਬਸੂਰਤ ਨਾਲੇ ਜਨਾਬ ਨਦੀ ਨਾਲੇ ਆਈ ਰਹੇ ਨਾਲੇ ਨਾਲੇ ਮਕਾਨ ਮਾਸ਼ਾਅੱਲਾ ਕਿਤਨਾ ਖੂਬਸੂਰਤ ਔਰ ਪਿਆਰਾ ਲੱਗੀ ਰਿਹਾ ਆ ਮਾਸ਼ਾਅੱਲਾ ਜੀ। ਜਨਾਬ ਹਜੀਰਾ ਤੋਂ ਅਸਾਂ ਅੱਗੇ ਨਿਕਲੇ ਹਾਂ ਰਾਵਲਾ ਕੋਟ ਜਾ ਰਹੇ ਹਾਂ ਤੁਸੀਂ ਤੱਕੋ ਕਿਤਨਾ ਖੂਬਸੂਰਤ ਇਲਾਕਾ ਆ ਯਕੀਨ ਮੰਨੋ। ਸੜਕਾਂ ਵੀ ਬਹੁਤ ਪਿਆਰੀਆਂ ਉਸ ਤੋਂ ਇਲਾਵਾ ਸਬਜ਼ਾ ਤੱਕੋ ਕਿਤਨਾ ਆ ਦੋ ਸਾਈਡ ਜਨਾਬ ਅਤੇ ਬੜੇ ਹਰਿਆਲੇ ਪੌਦੇ ਸਬਜ਼ ਸਰ ਸਬਜ਼ ਜਿਸਕੀ ਵਾਲੇ ਨੇ ਉਹ ਪੌਦੇ ਨੇ ਇੱਥੇ ਮਾਸ਼ਾਅੱਲਾ। ਔਰ ਇੱਕ ਤੁਸਾਂ ਕੀ ਗੱਲ ਹੈ ਵੀ ਮੈਂ ਬਾ ਕਿ ਹਵਾ ਜਿਹੜੀ ਹੈ ਇੱਦਾਂ ਦੀ ਬਹੁਤ ਹੀ ਜ਼ਿਆਦਾ ਠੰਡੀ ਆ ਯਕੀਨ ਮੰਨੋ ਮਜ਼ਾ ਆ ਗਿਆ। ਬਾਕੀ ਮੈਂ ਪਿੱਛਾ ਤੱਕ ਰਹੇ ਉਸ ਚੀਜ਼ ਦਾ ਸੋਹੇ ਲੱਗੇ ਹੋਏ ਆ ਤਾਂ ਜਨਾਬ ਸਫ਼ਰ ਜਾ ਰਹੀ ਹੈ ਇਨਸ਼ਾਅੱਲਾ ਅਸਾਂ ਜਿੱਦਾਂ ਤੋਂ ਦਿਖਾਈ ਸੀ ਅਤੇ ਕਸ਼ਮੀਰ ਦੱਸੋ ਵੀ ਖੂਬਸੂਰਤ ਨਜ਼ਾਰੇ ਦੱਸਦੇ ਮਾਸ਼ਾਅੱਲਾ। ਚੈੱਕ ਕਰੋ ਰੌਣਕਾਂ ਕਸ਼ਮੀਰ ਨਹੀਂ ਆ। ਇਸ ਟਾਈਮ ਅਸਾਂ ਖਾਈ ਗੱਲਾਂ ਬਾਜ਼ਾਰ ਪਹੁੰਚੀ ਹੈ ਤੁਸੀਂ ਤੱਕੜੇ ਹੋ ਇਹ ਰਾਵਲਾ ਕੋਟ ਤੋਂ ਪਿੱਛੇ ਆ ਇਸ ਤੋਂ ਅੱਗੇ ਰਾਵਲਾ ਕੋਟ ਏ ਸੀ ਇਹ ਜਿਹੜਾ ਖਾਈ ਗੱਲਾ ਬਾਜ਼ਾਰ ਆ। ਬਾਕੀ ਚੈੱਕ ਕਰੋ ਇੱਥੇ ਇਸ ਬਾਜ਼ਾਰ ਦੀਆਂ ਵੀ ਰੌਣਕਾਂ ਮਾਸ਼ਾਅੱਲਾ ਕਿਤਨਾ ਖੂਬਸੂਰਤ ਔਰ ਪਿਆਰਾ ਬਾਜ਼ਾਰ ਹੈ। ਤਕਰੀਬਨ
ਇੱਧਰੋਂ ਕਾਫੀ ਉਹ ਪਿੱਛੇ ਤੋਂ ਸ਼ੁਰੂ ਹੋਣਾ ਹੈ ਬਾਜ਼ਾਰ ਔਰ ਇੱਧਰੋਂ ਕਾਫੀ ਅੱਗੇ ਲੱਗੀ ਜਾਣਾ ਆ। ਮਾਸ਼ਾਅੱਲਾ ਬੜਾ ਖੂਬਸੂਰਤ ਬਾਜ਼ਾਰ ਹੈ, ਯਕੀਨ ਮੰਨੋ ਕਿ ਇੱਥੇ ਅਸਾਂ ਆਏ ਹਾਂ, ਬੜਾ ਅੱਛਾ ਲੱਗਾ ਆ। ਬਾਕੀ ਅਕੀਲ ਬਾਈ ਖੁਸ਼ ਹੋਈ ਕੀ ਹੈ? ਖੁਸ਼ ਨਹੀਂ ਹੋਈ, ਖੁਸ਼ ਹੋਈ ਹੈ। ਕੈਸਾ ਲੱਗਾ ਹੈ ਬਾਜ਼ਾਰ? ਬਸ ਪਿਆਰੇ ਹੋ, ਬਾਜ਼ਾਰ ਅੱਛਾ ਲੱਗਾ, ਜ਼ਬਰਦਸਤ ਹੈ, ਬਿਹਤਰੀਨ ਜੀ, ਮਾਸ਼ਾਅੱਲਾ ਜੀ। ਬਾਲਾ ਕੋਲੀ ਮੁਜ਼ਾਕਰ ਲਾ ਕਰਨੇ ਅੱਜ ਰਾਤੀ ਇੱਥੇ ਸਟੇ ਠੀਕ ਹੋ ਗਿਆ। ਬਾਕੀ ਬਾਕੀ ਸਾ ਖਾਈ ਗੱਲਾਂ ਖਲਤੇ ਵੇ ਆ, ਅਸਾਂ ਨਾਲ ਜੀ ਬਤਾਸਰ ਸਾਹਿਬ ਦੇ ਸਫਿਆਨ ਸਾਹਿਬ ਵੀ ਆਏ ਹਨ, ਉਹਨਾਂ ਕੀ ਦੇਖ ਰਹੇ ਆ, ਉਹ ਪਹੁੰਚਣ, ਫਿਰ ਇਸ ਤੋਂ ਅੱਗੇ ਜਨਾਬ ਅਸਾਂ ਰਾਵਲਾ ਕੋਟ ਨਾਲ ਸਫ਼ਰ ਸ਼ੁਰੂ ਕਰਨਾ ਆ। ਸਾਹਿਬ ਕੈਸਾ ਸਫ਼ਰ ਆ ਲੈ ਜੀ ਹੋਇਆ ਜੀ? ਲਾ ਘਰੋਂ ਸੁਬਾਹ ਸੁਬਾਹ ਸੋ ਬੜੇ ਚਿੱਟੇ ਲੱਗਣੇ, ਸੋ ਹੁਣ ਕੱਲ੍ਹ ਹੋਣੇ ਜਣੇ ਹੋ? ਕੱਲ੍ਹ ਠੱਡੀ ਵਾ ਜਾਣਾ ਜੀ, ਕਿਆ ਵਜ੍ਹਾ ਆ ਨਾ ਜੀ? ਅੱਗੇ ਜੁਲਸਾਣਾ ਫਿਰ ਰੰਗ ਸਾਰਿਆਂ ਨੇ ਸੈੱਟ ਹੋਈ ਜਾ ਸਨ। ਬਾਕੀ ਚੱਲੇ ਆ ਤੁਸੀਂ ਸਾਹਮਣੇ ਬਾਹਰ ਤੱਕਣੇ ਹੋ, ਇੱਥੇ ਚਲਸਾਂ, ਇੱਥੋਂ ਖਾਣਾ ਵਗੈਰਾ ਖਾ ਸਕਦੀ ਹੈ ਕਿ ਤਕਰੀਬਨ ਟਾਈਮ ਘੱਟ ਗਿਆ ਆ, ਟਾਈਮ ਕਿਆ ਕਰੋ ਬੜਾ ਖੂਬਸੂਰਤ ਇਹਨਾਂ ਜਿਹੜਾ ਨਾ, ਬੜਾ ਪਿਆਰਾ ਔਰ ਬੜਾ ਖੂਬਸੂਰਤ ਲੱਗਣਾ ਆ, ਤੁਸੀਂ ਚੈੱਕ ਕਰਨੇ ਹੋਣਾ। ਚੈੜ ਬਾਜ਼ਾਰ ਬੈਠੇ ਹੋ, ਤੁਸੀਂ ਚੈੱਕ ਕਰੋ ਕਿ ਜਿਹੜਾ ਨਾ ਸਾਨੂੰ ਖਾਣਾ ਹੀ ਗਿਆ ਦਿਨ, ਤੁਸੀਂ ਤੱਕਣੇ ਹੋਣਾ, ਸਿੰਪਲ ਤਾਂ ਸਾਦਾ ਕਹਿ ਰਹੇ ਜੀ ਸੁਫਿਆਨ ਸਾਹਿਬ, ਸਾਦਾ ਸਹੀ ਹੈ ਨਾ। ਬਾਕੀ ਮਾਸ਼ਾਅੱਲਾ ਚੈੱਕ ਕਰੋ, ਟੇਸਟ ਕਰਨੇ ਆ ਚਾਵਲਾਂ ਨਾਲ, ਟੇਸਟ ਕੈਸਾ ਆ ਫਿਰ ਤੁਸਾਂ ਕੀ ਪਾਉਣੇ ਆ। ਮਾਸ਼ਾਅੱਲਾ ਯਕੀਨ ਮੰਨੋ ਬੜਾ ਬਿਹਤਰੀਨ ਟੇਸਟ ਹੈ। ਸੁਫਿਆਨ ਸਾਹਿਬ ਆਉਣੇ ਸਨ ਅੱਗਾ, ਅੱਗੇ ਵੀ ਗੁਜਰੇ ਸਾਂ ਆ, ਤੇ ਤੁਸਾਂ ਖਾਣਾ ਖਾਧਾ ਆ, ਕਹਿਣੇ ਹੋ ਸਹੀ ਹੈ ਨਾ। ਬਾਕੀ ਆ ਸਾਨੂੰ ਹਲਕਾ ਫੁਲਕਾ ਖਾਣਾ ਹੀ ਕਿਆ ਆ, ਅਤੇ ਖਾਣੇ ਆ ਖਾਈ, ਅਤੇ ਫਿਰ ਇੱਥੋਂ ਅੱਗੇ ਜਨਾਬ ਰਾਵਲਾ ਕੋਟ ਵਾਲੀ ਸੈਡ ਲਿਖਣੇ ਆ, ਤਕਰੀਬਨ 8 ਕਿਲੋਮੀਟਰ ਹੈ ਇੱਥੋਂ ਅੱਗੇ ਰਾਵਲਾ ਕੋਟ। ਹੁਣ ਇਹ ਰਾਵਲਾ ਕੋਟ ਬਾਜ਼ਾਰ ਨੇ ਬੜਾ ਖੂਬਸੂਰਤ ਔਰ ਬੜਾ ਪਿਆਰਾ ਬਾਜ਼ਾਰ ਹੈ, ਤੁਸੀਂ ਟੋਟਲੀ ਤਾਂ ਕੋਈ ਯਕੀਨ ਮੰਨੋ ਕਿ ਕਿਤਨਾ ਪਿਆਰਾ ਬਾਜ਼ਾਰ ਹੈ ਲੱਗਣਾ ਆ, ਤੁਸੀਂ ਤੱਕੜੇ ਹੋਣਾ। ਅਤੇ ਇਸ ਤੋਂ ਅੱਗੇ ਅਸਾਂ ਜਨਾਬ ਹੁਣ ਬਾਗ ਜਾਣਾ ਆ। ਹਾਂਜੀ, ਇਸ ਟਾਈਮ ਇਹ ਤੁਸੀਂ ਵਿਊ ਚੈੱਕ ਕਰਨੇ ਹੋ, ਪੋਠੀ ਬਕਵਾਲਾ ਇਸ ਜਗ੍ਹਾ ਦਾ ਨਾਂ ਆ, ਕਲਰ ਪੁੱਛਿਆ ਹੋਣ ਕਿ ਪੋਠੀ ਬਕਵਾਲਾ ਇਸ ਕਿਆ ਨਾਂ। ਛੋਟੀ ਜਿਹੀ ਇੱਥੇ ਸ਼ਾਪ ਪੀ ਵੀ ਆ, ਪਲੱਸ ਅਸਾਂ ਖਲਤੇ ਇੱਥੇ ਤੇ ਹਾਂ ਕਿ ਤੁਸੀਂ ਚੈੱਕ ਕਰੋ, ਮਾਸ਼ਾਅੱਲਾ ਇੱਥੇ ਪੀਣ ਵਾਲਾ ਫਰੈਸ਼ ਪਾਣੀ ਇਸ਼ਨਾ ਲੱਗਿਆ, ਤੁਸੀਂ ਤੱਕੜੇ ਹੋਣਾ, ਬੜਾ ਖੂਬਸੂਰਤ ਹੈ ਜਨਾਬ ਜਿਹੜਾ ਪਾਣੀ ਇਸ਼ਨਾ ਹੋਇਆ, ਉੱਪਰ ਪਹਾੜਾਂ ਨਾਲ ਇਸ਼ਨਾ ਆਇਆ। ਤੁਸੀਂ ਤੱਕੋ ਮਾਸ਼ਾਅੱਲਾ ਕਿਸ ਤਰ੍ਹਾਂ ਇੰਨਾ ਇੱਥੇ ਬੜੇ ਖੂਬਸੂਰਤ ਪੱਥਰ ਲਾਏ ਹੋਏ, ਟੋਟਲੀ ਚੈੱਕ ਕਰੋ, ਔਰ ਬਾਵਲੀ ਨਵਾਂ ਮੱਤੀ ਵੀ ਇੱਥੇ ਪਾਣੀ ਹੈ, ਸਾਰਾ ਸਟੋਰ ਹੋਣਾ ਅੱਗੇ ਪਾਈਪ ਲੱਗਿਆ ਆ, ਇਸ ਤੋਂ ਅੱਗੇ ਫਿਰ ਪਾਣੀ ਇਹ ਇੱਧਰ ਲਾ ਜਾਣਾ ਆ। ਮਾਸ਼ਾਅੱਲਾ ਤੱਕੋ ਬਾਗ 8 ਕਿਲੋਮੀਟਰ ਹੈ, ਤਾਂ ਸੁਧਨ ਗਲੀ 38 ਕਿਲੋਮੀਟਰ, ਜਨਾਬ ਸੁਜਾ ਬਾਦਰਾ ਵਾਲਾ ਕੋਟ 22 ਕਿਲੋਮੀਟਰ ਹੈ। ਕਾਫੀ ਅਸਾਂ ਸਫ਼ਰ ਤਾਂ ਕਰੀਏ, ਹੁਣ ਅਸਾਂ ਬਾਗ ਪਹੁੰਚਣਾ ਤੋੜ। ਹਾਂਜੀ, ਟੈਟ ਵਾਲੇ ਮਾਸ਼ਾਅੱਲਾ ਜੇ ਟੈਟ, ਬਾਕੀ ਚੈੱਕ ਕਰੋ ਤੁਸੀਂ, ਮਾਸ਼ਾਅੱਲਾ ਰੋਡਾਂ ਬੜੀਆਂ ਬਿਹਤਰੀਨ ਔਰ ਖੂਬਸੂਰਤ ਨੇ, ਤੁਸੀਂ ਤੱਕੜੇ ਹੋ। ਹੁਣ ਅਸਾਂ ਸਿੱਧੇ ਇੱਧਰੋਂ ਬਾਗ ਵਾਲੀ ਸਾਈਡ ਅੱਗੇ ਜਾਣਾ ਆ, ਉਹਦਾ ਨਮਾਨਪੁਰਾ ਨਾਂ ਆ। ਤਾਂ ਬਾਗ ਕੀ ਕਿਤਨਾ ਟਾਈਮ ਲੱਗੀ ਜਾ ਸੀ? 3 ਮਿੰਟ ਲੱਗ ਸਨ, ਸਹੀ ਹੋ ਗਿਆ ਜੀ। ਤੂੰ ਅਸਾਂ ਤੇਲ ਛਿਲ ਫੁੱਲ ਕਰੀ ਕਿ ਨਾ, ਕਿਉਂਕਿ ਅੱਗੇ ਅਸਾਂ ਗੰਗਾ ਚੋਟੀ ਜਾਣਾ, ਤਾਂ ਗੰਗਾ ਚੋਟੀ ਨਾਲ ਤੂੰ ਕਿਤਨਾ ਲੱਗ ਸੀ ਟਾਈਮ ਜੀ? ਘੰਟਾ ਲੱਗੀ ਜਾ ਸੀ ਭਾਈ, ਘੰਟਾ ਲੱਗੀ ਜਾ ਸੀ। ਤੂੰ ਟੈਂਕੀ ਇਨਸ਼ਾਅੱਲਾ ਫੁੱਲ ਕਰਾਸਾਂ, ਸੁਫਿਆਨ ਸਾਹਿਬ ਵੀ ਤੱਕਣੇ ਟੈਂਕੀ ਫੁੱਲ ਕਰਾਉਣੇ, ਅਸਾਂ ਵੀ ਕਰਾਉਣੀ ਹੈ, ਤੇ ਫਿਰ ਇਨਸ਼ਾਅੱਲਾ ਇੱਥੋਂ ਲਿਖਣਾ ਆ। ਬਾਗ ਸ਼ਹਿਰ ਪਹੁੰਚੀ ਆਇਆ, ਤੁਸੀਂ ਤੱਕਣੇ ਇੱਥੋਂ ਬਾਗ ਸ਼ਹਿਰ ਜਿਹੜਾ ਹੈ ਸਟਾਰਟ ਹੋਈ ਜਾਣਾ ਆ। ਮਾਸ਼ਾਅੱਲਾ ਚੈੱਕ ਕਰੋ ਇੱਥੇ ਦੀ ਰੌਣਕਾਂ,
ਸਾਹਮਣੇ ਬ੍ਰਿਜ, ਬਾਗ ਆਜ਼ਾਦ ਕਸ਼ਮੀਰ, ਸਰਦਾਰ ਸ਼ਮਸ ਖਾਨ ਮਲਦਿਆਲ, ਮੁਗਲ ਸ਼ਹੀਦ ਬ੍ਰਿਜ, ਇਹ ਤੁਸੀਂ ਚੈੱਕ ਕਰੋ। ਇਸ ਦੇ ਬਰੇਗੇ ਇੱਥੋਂ ਕ੍ਰਾਸ ਕਰ ਸਕਦਾ ਸਾਂ ਉੱਪਰ ਜਨਾਬ, ਜਿਹੜੀ ਆ ਨਾ ਗੰਗਾ ਚੋਟੀ ਜਾ ਸਕਦਾ। ਬਾਕੀ ਇਹ ਵੀ ਤੁਸੀਂ ਚੈੱਕ ਕਰੋ, ਮਾਸ਼ਾਅੱਲਾ ਸ਼ਹਿਰ ਕੈਸਾ ਆ। ਕਹਿਣੇ ਜੀ ਸੁਫੀਆਨ ਸਾਹਿਬ ਖੂਬਸੂਰਤ ਸ਼ਹਿਰ ਹੈ ਨੀ, ਇੱਥੇ ਐਤਕੋ ਪਿੱਛਾ ਕੁਲਚੇ ਵੀ ਬਣੇ ਨਹੀਂ ਲੱਗੇ ਵੇ, ਅਤੇ ਤੁਸੀਂ ਤੱਕਣੇ ਹੁਣ ਯਕੀਨ ਮੰਨੋ ਕਿ ਅਸਾਂ ਇੱਧਰ ਆਇਆ, ਮੈਂ ਤਾਂ ਪਹਿਲੀ ਦਫਾ ਇੱਧਰ ਆਇਆ ਬਾਕੀ ਬਾਗ, ਤੁਸੀਂ ਅੱਗੇ ਆਏ ਹੋ ਪਹਿਲੀ ਵਾਰੀ, ਲੇਕਿਨ ਖੂਬਸੂਰਤੀ ਨਹੀਂ ਜਿਹੜੀ ਥਾਂ ਆ, ਯਕੀਨ ਮੰਨੋ ਜਿਤਨੇ ਜਿਤਨੇ ਅਸਾਂ ਅੱਗੇ ਜਾਣੇਗੇ ਜਾਣਾ ਉਤਨਾ ਜ਼ਿਆਦਾ ਖੂਬਸੂਰਤੀ ਅਸਾਂ ਕੀ ਮਿਲੀ ਹੈ। ਬਾਕੀ ਇਹ ਇਲਾਕਾ ਬਹੁਤ ਜ਼ਿਆਦਾ ਖੂਬਸੂਰਤ ਸੀ, ਮੈਂ ਸੋਚਿਆ ਵੀ ਕਵਰੇਜ ਕਰਾਂ, ਇੱਥੋਂ ਪਾਣੀ ਛਾਣੀ ਇਨਸਾਨ ਪਾਣੀ ਵਗੈਰਾ ਪੀ ਸਾਂ, ਪਰ ਇਨਸ਼ਾਅੱਲਾ ਆਪਣੇ ਸਫ਼ਰ ਨਾਲ ਅੱਗੇ ਆਗਾਜ਼ ਕਰ ਸਾਂ। ਇੱਧਰ ਸ਼ਹਿਰ ਵਗੈਰਾ, ਇੱਧਰ ਬਾਗ ਨਾਲ ਇਲਾਕਾ, ਕਿਤਨਾ ਖੂਬਸੂਰਤ ਔਰ ਪਿਆਰਾ ਇਲਾਕਾ ਆ, ਤੁਸੀਂ ਤੱਕਦੇ ਹੋ ਯਕੀਨ ਮੰਨੋਗੇ, ਬੜਾ ਬਿਹਤਰੀਨ ਔਰ ਖੂਬਸੂਰਤ ਇਲਾਕਾ ਆ। ਇੱਥੇ ਦੀ ਜਿਹੜੀ ਰੌਣਕ ਹੈ, ਇਹ ਖੂਬਸੂਰਤ ਪਹਾੜ, ਇਸ ਤੋਂ ਪਹਾੜ ਜਿਹੜੇ ਤੱਕਣੇ ਹੋਣਾ, ਇਹਨਾਂ ਪਹਾੜਾਂ ਨਾਲ ਬਹੁਤ ਹੀ ਜ਼ਿਆਦਾ ਜਿਹੜੀ ਹੈ ਇੱਥੇ ਰੌਣਕ ਹੈ। ਇਹ ਤੁਸੀਂ ਚੈੱਕ ਕਰਦੇ ਹੋ ਸਾਹਮਣੇ ਜਿਹੜੇ ਚਾਰਣ ਹਨ, ਉਹਨਾਂ ਚੜ੍ਹਾਂ ਜਨਾਬ ਤੁਤਨ ਗੱਡੀ ਹੈ, ਤਾਂ ਅਸਾਂ ਉੱਥੇ ਜਾਣਾ ਹੈ। ਤਕਰੀਬਨ ਹਾਲੇ ਵੀ ਅਸਾਂ ਤਕਰੀਬਨ ਆ ਘੰਟਾ ਆਰਾਮੇ ਨਾਲ ਲੱਗੀ ਜਾਸੇ। ਬਾਕੀ ਮਾਸ਼ਾਅੱਲਾ ਤੱਕੋ ਇੱਥੇ ਵੀ ਰੌਣਕਾਂ ਲੱਗੀਆਂ, ਹਰ ਸ਼ਹਿਰ ਜਾਸੋ ਉੱਥੇ ਆਪਣੀਆਂ ਆਪਣੀਆਂ ਰੌਣਕਾਂ ਹਨ। ਤਕਰੀਬਨ ਅਸਾਂ ਸੁਦਨ ਗਲੀ ਪੁੱਜਣੇ ਲਈ ਆ, ਤਕਰੀਬਨ 20 ਮਿੰਟ ਲੱਗੀ ਜਾਸਣੇ, ਇੱਥੇ ਅਸਾਂ ਖਾਲੀ ਗਏ ਹਾਂ। ਦੋ ਜਵਾਨ ਅਸਾਂ ਪਿਆਦਲ ਭੇਜੀ ਜੁੜੇ ਭੇਜੇ ਤਾਂ ਕਿ ਸਾਨੂੰ ਮੋਟਰਸਾਈਕਲ ਕਰੀ ਗਏ ਗਰਮੀ ਚੜ੍ਹਾਈ ਕਰਨਾ ਕੋਈ, ਤਾਂ ਤਕਰੀਬਨ ਜਿਹੜਾ ਨਾ ਬੇਬਸ ਹੋਏ ਗਏ, ਮੋਟਰਸਾਈਕਲ ਵੀ ਬੇਬਸ ਹੋਏ ਗਏ, ਤਾਂ ਅਸਾਂ ਵੀ ਬੇਬਸ ਹੋਏ ਗਏ। ਉਹ ਜਵਾਨ ਲੈ ਕੇ ਥੋੜ੍ਹੀ ਥਾਂ ਰਸ਼ਟ ਕੀਤੀ ਆ, ਰਸ਼ਟ ਤਾਂ ਕੀਤੀ ਆ ਕਿ ਚਲੋ ਮੋਟਰਸਾਈਕਲ ਵੀ ਠੱਡੇ ਹੋਏ ਜਾਂ ਫਿਰ ਬਾਕੀ ਇਹ ਥੋੜ੍ਹਾ ਇਲਾਕੇ ਕਿਤੇ ਦੂਰ ਹੋ, ਤੁਸੀਂ ਤੱਕਦੇ ਹੋ ਜਨਾਬ ਕਿਸ ਤਰ੍ਹਾਂ ਆ, ਤੁਸੀਂ ਚੈੱਕ ਕਰੋ। ਬੜਾ ਬੈਕਵਰਡ ਇਲਾਕਾ, ਔਰ ਯਕੀਨ ਮੰਨੋ ਕਿ ਖੂਬਸੂਰਤ ਆ, ਖੂਬਸੂਰਤੀ ਨਹੀਂ ਥਾ, ਵਜ੍ਹਾ ਵੀ ਇਹ ਆ ਜਿਹੜੇ ਹਰੇ ਭਰੇ ਦਰਖਤ ਹਨ, ਦਰਖਤ ਬਹੁਤ ਜ਼ਿਆਦਾ ਖੂਬਸੂਰਤ, ਔਰ ਇਹ ਵੀ ਮੈਂ ਸਾਂ ਕਿ ਬਾਹ ਅਸਾਂ ਜਿੱਧਰੋਂ ਆਇਆ ਉਸਦੀ ਨਿਸਬਤ ਇੱਥੇ ਠੱਡਕ ਜ਼ਿਆਦਾ ਆ। ਯਕਣੇ ਹੋ ਸਨ, ਇਹ ਮੋਟਰਸਾਈਕਲ ਵੀ ਹੈ, ਮੋਟਰਸਾਈਕਲ ਵੀ ਗਰਮੀ ਕਰੀ ਗਏ, ਇੱਥੇ ਸੁਧਨ ਗਲੀ ਹੈ, ਇੱਕ ਸ਼ਾਪ ਲੱਭੀ ਹੈ, ਅਸਾਂ ਦਿਲਾ ਇਸ ਨਾਲ ਫਿਲਟਰ ਕਢਾਈ ਹੋਣਾ। ਬਾਕੀ ਹੈ ਤੁਸੀਂ ਦੇਖੋ ਸੁਧਨ ਗਲੀ ਇਲਾਕਾ ਕਿਤਨਾ ਖੂਬਸੂਰਤ ਔਰ ਪਿਆਰਾ, ਯਕੀਨ ਮੰਨੋ ਕਿ ਇੱਥੇ ਅੱਛੋ ਇੱਕ ਤਾਂ ਠੱਡਕ ਬਹੁਤ ਜ਼ਿਆਦਾ ਆ, ਦੂਆ ਨੰਬਰ ਜਨਾਬ ਇੱਥੇ ਵਿਊ ਬਹੁਤ ਹੀ ਬਿਹਤਰੀਨ ਔਰ ਬਹੁਤ ਹੀ ਪਿਆਰਾ ਆ, ਤੁਸੀਂ ਚੈੱਕ ਕਰੀ ਕਿਨੋ। ਇਸ ਤੋਂ ਇਲਾਵਾ ਤੁਸੀਂ ਇਸ ਸਾਈਡ ਵੀ ਚੈੱਕ ਕਰੋ ਮਾਸ਼ਾਅੱਲਾ। ਅਕੀਲ ਭਾਈ ਕਹਿਣੇ ਹੁਣ ਸਾਟੋ ਗੰਗਾ ਚੋਟੀ ਤਾਈ ਪੁੱਛਾਂ, ਤੇ ਇਨਸ਼ਾਅੱਲਾ ਜਨਾਬ ਹੁਣ ਐਂਡ ਪਰ ਮੈਂ ਇਹੀ ਆਸਾਂ ਕਿ ਕਾਫੀ ਸਾਰੀ ਵੀਡੀਓ ਬਣਾਈ ਸਾਂ, ਆਪਣੇ ਘਰੋਂ ਦਲਿਆ ਤੋਂ ਤੁਰੇ ਸਾਂ, ਤਾਂ ਤੁਸੀਂ ਕੀ ਵੀਡੀਓ ਬਣਾਈ ਦੱਸੀ ਹੈ ਇੱਥੇ ਸੁਧਨ ਗਲੀ ਤੋੜੀ। ਹੁਣ ਜਿਹੜਾ ਅਗਲਾ ਪਾਰਟ ਉਹ ਸੀ ਕਿ ਇਸੇ ਪਾਰਟ ਹੀ ਅਗਰ ਬਹੁਤ ਵੀਡੀਓ ਬਹੁਤ ਲੰਬੀ ਹੋਈ ਜਾ ਸੀ, ਅਗਲਾ ਜਿਹੜਾ ਪਾਰਟ ਉਹ ਸੀ ਇਨਸ਼ਾਅੱਲਾ ਸੁਧਨ ਗਲੀ ਤੋਂ ਹੀ ਨਹੀਂ, ਤੁਸੀਂ ਕੀ ਉੱਪਰ ਗੰਗਾ ਚੋਟੀ ਜੀਆਂ, ਤਾਂ ਸਨ ਲਾਣੇ ਪਾਸੋਂ ਹੈਰ ਹੋਈ, ਤਾਂ ਇਹ ਵੀ ਅਸਾਂ ਅੱਛੀ ਤਰ੍ਹਾਂ ਐਕਸਪਲੋਰ ਕਰ ਸਕਾਂ, ਤੁਸੀਂ ਦੱਸਾਂ ਹੁਣ ਹੀ ਐਂਡ ਪਰ ਆਸਾਂ ਕਿ ਭਰੋਵੇਂ ਦਵਾਵਾਂ ਯਾਦ ਰੱਖੇ। ਮਿਲ ਸਾਂ ਅਗਲੀ ਵੀਡੀਓ ਤਾਂ ਲਾਸਟ ਹੋਣੇ ਵਾਲਾ ਹੈ।